ਜਿਹਦੇ ਮਿਰਚਾਂ ਲੜਦੀਆਂ ਨੇ ਲੜਨ ਦੋ ਮੇਰੇ ਸਾਲੇ ਦੇ ਅਸੀਂ ਫੈਨ ਆ ਦੀਪ ਸਿੱਧੂ ਤੇ ਲੱਕੇ ਸਧਾਣੇ ਦੇ ਦੀਪ ਸਿੱਧੂ ਆ ਜਿਹੜਾ ਉਹ ਆਪਣੀ ਲਗਜ਼ਰੀ ਜ਼ਿੰਦਗੀ ਛੱਡ ਕੇ ਅੱਜ ਪੰਜਾਬੀਆਂ ਲਈ ਨਿਕਲਿਆ ਹੋਇਆ ਵਾ ਇਹਦੇ ਕਰਕੇ ਜੋ ਵੀਰ ਇਹਨਾਂ ਦੇ ਵਿਰੁੱਧ ਬੋਲ ਰਹੇ ਨੇ ਜਿਹੜੇ ਕਿ ਕੁੱਤੇ ਬਿੱਲੇ ਬੋਲ ਰਹੇ ਨੇ ਲੱਖਾ ਬਾਈ ਜੀ ਜਦੋਂ ਹਾਥੀ ਚੱਲਦਾ ਨਾ ਕੁੱਤੇ ਬਹੁਤ ਭੌਂਕਦੇ ਨੇ ਤੁਸੀਂ ਚੱਲਦੇ ਜਾਓ ਲੱਖੇ ਸਧਾਣੇ ਦੇ ਇਹੀ ਦਰਦ ਵਾ ਵੀ ਜਿਹੜੇ ਸਾਡੇ ਗੁਰੂਆਂ ਨੇ ਸਾਡੇ ਲਈ ਸਰਬੰਸ ਵਾਰਤਾ ਤੇ ਅੱਜ ਸਾਡੀ ਨੌਜਵਾਨੀ ਜਾ ਕਿੱਧਰ ਨੂੰ ਰਹੀ ਆ ਅੱਜ ਮਾਰੂ ਨਸ਼ੇ ਕਰਕੇ ਚਿੱਟਾ ਸਮੈ ਕੇ ਪੀ ਕੇ ਸਾਡੇ ਮੁੰਡੇ ਨਮਰਦ ਹੋਈ ਜਾਂਦੇ ਨੇ ਪਰ ਧਰਤੀ ਨੇ 7-8 ਸਾਲ ਬਾਅਦ ਨੂੰ ਬੰਜਰ ਹੋ ਜਾਣਾ ਵਾ ਹਰੇਕ ਘਰ ਦੇ ਵਿੱਚ ਮਰੀਜ਼ ਆ ਲੱਖੇ ਸਧਾਣੇ ਦੇ ਇਹੀ ਦਰਦ ਸੀਗਾ ਵੀ ਜੇ ਅਸੀਂ 84 ਕੱਟ ਕੇ ਜੰਮੇ ਆ ਤਾਂ ਅਸੀਂ ਕੁਸ ਦਾ ਪੰਜਾਬ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਕੇ ਮਰੀਏ ਲੱਖਾ ਸਧਾਣਾ ਬਾਈ ਜੀ ਪੰਜਾਬੀਓ ਪੰਜਾਬ ਦਾ ਉਹ ਯੋਧਾ ਵਾ ਅਸੀਂ ਕਿਤਾਬਾਂ ਦੇ ਵਿੱਚ ਪ੍ਰਾਤਨ ਸਿੱਖਾਂ ਤੇ ਪ੍ਰਾਤਨ ਯੋਧਿਆਂ ਬਾਰੇ ਪੜ੍ਹਦੇ ਹੁੰਦੇ ਸੀਗੇ ਤੇ ਅੱਜ ਮੈਨੂੰ ਉਹੀ ਦਿੱਖ ਲੱਖੇ ਸਧਾਣੇ ਦੇ ਵਿੱਚ ਦਿਖ ਰਹੀ ਆ ਚਰਾਸੀ ਕੱਟ ਕੇ ਜੰਮੇ ਆ ਜਿਹੜਾ ਤੁਹਾਡਾ ਦਿਲ ਆ ਨਾ ਦਿਲ ਤੇ ਦਿਮਾਗ ਇਹਦੀ ਇੱਕ ਵਾਰ ਜ਼ਰੂਰ ਵਰਤੋਂ ਕਰੋ ਜਿਵੇਂ ਤੁਹਾਨੂੰ ਯਾਦ ਹੋਣਾ ਵਾ ਆਮ ਆਦਮੀ ਪਾਰਟੀ ਦੀ ਇੱਕ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ ਤੇ ਉਹਨੂੰ ਲਹਿਰ ਨੂੰ ਆਮ ਆਦਮੀ ਪਾਰਟੀ ਵਾਲੇ ਚੱਲ ਨਹੀਂ ਸਕੇ ਹੈਗੇ ਉਹਨੂੰ ਸੰਭਾਲ ਨਹੀਂ ਸਕੇ ਹੈਗੇ ਇਹੀ ਲਹਿਰ ਹੁਣ ਜਿਹੜੀ ਲੱਖੇ ਸਧਾਣੇ ਦੀ ਟੀਮ ਆ ਤੇ ਸਾਡੇ ਜਿਹੜੇ ਪੰਜਾਬ ਦੇ ਦਰਦੀ ਨੇ ਉਹਨਾਂ ਦੀ ਇੱਕ ਟੀਮ ਬਣੀ ਹੋਈ ਆ ਇਹੀ ਲਹਿਰ ਉਹਨਾਂ ਦੇ ਪੱਖ ਦੇ ਵਿੱਚ ਚੱਲ ਰਹੀ ਆ ਇਹੀ ਦੁੱਖ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਆਗੂਆਂ ਤੇ ਉਹਨਾਂ ਦੇ ਚਮਚਿਆਂ ਨੂੰ ਆ ਜਿਹਦੇ ਮਿਰਚਾਂ ਲੜਦੀਆਂ ਨੇ ਲੜਨ ਦੋ ਮੇਰੇ ਸਾਲੇ ਦੇ ਅਸੀਂ ਫੈਨ ਆ ਦੀਪ ਸਿੱਧੂ ਤੇ ਲੱਖੇ ਸਧਾਣੇ ਦੇ ਬਾਈ ਜੀ ਪੰਜਾਬੀ ਉਹ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵਾ 40 ਸਾਲ ਦੀ ਜ਼ਿੰਦਗੀ ਵਿਅਰਥ ਲੰਘ ਗਈ ਸੀ ਪੰਜਾਬੀਓ ਜਦੋਂ ਲੱਖੇ ਸਧਾਣੇ ਦੀਆਂ ਵੀਡੀਓ ਦੇਖਦੇ ਸੀਗੇ ਉਹਦੇ ਕ੍ਰਾਂਤੀਕਾਰੀ ਬੋਲ ਸਾਡੇ ਦਿਲ ਤੇ ਦਿਮਾਗ ਤੇ ਵਾਰ ਕਰਦੇ ਸੀਗੇ ਤੇ ਲੱਖੇ ਸਧਾਣੇ ਬਾਈ ਜੀ ਨੇ ਸਾਨੂੰ ਵੀ ਸਟੇਜਾਂ ਤੇ ਬੋਲਣ ਲਾਤਾ ਸਾਨੂੰ ਵੀ ਅਖਬਾਰਾਂ ਦੇ ਵਿੱਚ ਲਾਤਾ ਸਾਨੂੰ ਵੀ ਪ੍ਰੈਸ ਕਾਨਫਰੰਸਾਂ ਕਰਨ ਲਾਤਾ ਕਿਹਦੇ ਲਈ ਆਪਣੀ ਧਰਤੀ ਨੂੰ ਬੰਜਰ ਹੋਣੋਂ ਬਚਾਉਣ ਲਈ ਆਪਣੀ ਨੌਜਵਾਨੀ ਨੂੰ ਬਚਾਉਣ ਲਈ ਕਿਸਾਨੀ ਨੂੰ ਬਚਾਉਣ ਲਈ ਜੋ ਹਰ ਘਰ ਦੇ ਵਿੱਚ ਮਰੀਜ਼ ਆ ਉਹਦੇ ਲਈ ਕੰਮ ਕਰਨ ਸਾਨੂੰ ਲੱਖੇ ਸਧਾਣੇ ਬਾਈ ਜੀ ਨੇ ਲਾਤਾ ਦੇਖੋ ਵੀਰਿਓ ਕੋਈ ਵੀ ਬੰਦਾ ਵਾ ਕੋਈ ਵੀ ਇਨਸਾਨ ਆ ਉਹ ਇੱਕ ਵਾਰ ਆਪਣੀ ਜ਼ਿੰਦਗੀ 'ਤੇ ਜ਼ਰੂਰ ਝਾਤ ਮਾਰਦਾ ਵਾ ਵੀ ਮੈਂ 84 ਕੱਟ ਕੇ ਇਸ ਧਰਤੀ 'ਤੇ ਜਨਮ ਲਿਆ ਵਾ ਅਸੀਂ ਵੀ ਕੁਛ ਆਪਣੇ ਪੰਜਾਬ ਲਈ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਛ ਕਰਕੇ ਇਸ ਜਹਾਨ ਤੋਂ ਜਾਈਏ ਤੁਹਾਨੂੰ ਵੀ ਪਤਾ ਬਾਈ ਜੀ ਜੋ ਲੱਖਾ ਸਧਾਣਾ ਵੀਰ ਆ ਜਿਹਨੂੰ ਕਿ ਸਾਡੇ ਰਾਜਨੀਤਿਕ ਲੋਕਾਂ ਦੇ ਚਮਚੇ ਗੈਂਗਸਟਰ ਕਹਿ ਰਹੇ ਨੇ ਜਦਕਿ ਇਹੀ ਜਿਹੜੇ ਸਾਡੇ ਲੀਡਰ ਨੇ 70 ਸਾਲਾਂ ਦੇ ਵਿੱਚ ਪੰਜਾਬ ਨੂੰ ਇਹ ਲੁੱਟ ਕੇ ਖਾ ਗਏ ਸਾਡਾ ਇੱਕ ਹਰਿਆ ਭਰਿਆ ਪੰਜਾਬ ਹੁੰਦਾ ਸੀਗਾ ਹਰਿਆ ਭਰਿਆ ਇੱਕ ਦਰਖਤ ਹੁੰਦਾ ਸੀਗਾ ਜਿਹੜਾ ਕਿ ਰਾਜਨੀਤਿਕ ਪਾਰਟੀਆਂ ਨੇ ਡੁੱਡ ਬਣਾ ਕੇ ਰੱਖਤਾ ਪੰਜਾਬੀਓ ਇਹ ਸੋਚ ਕੇ ਦੇਖੋ ਵੀ ਜਿਹੜੇ ਸਾਡੇ ਬਾਪੂਆਂ ਦੇ 12-12 ਜਵਾਕ ਹੁੰਦੇ ਸੀ ਉਹਨਾਂ ਨੂੰ ਮੁਰੱਬਾ ਮਿਲਦਾ ਹੁੰਦਾ ਸੀ ਤੇ ਅੱਜ ਉਹਨਾਂ ਦੇ ਵਾਰਸਾਂ ਤੋਂ ਬੱਚੇ ਪੈਦਾ ਨਹੀਂ ਹੋ ਰਹੇ ਹੈਗੇ ਲੱਖੇ ਸਧਾਣੇ ਦੇ ਇਹੀ ਦਰਦ ਵਾ ਵੀ ਜਿਹੜੇ ਸਾਡੇ ਗੁਰੂਆਂ ਨੇ ਸਾਡੇ ਲਈ ਸਰਬੰਸ ਵਾਰਤਾ ਤੇ ਅੱਜ ਸਾਡੀ ਨੌਜਵਾਨੀ ਜਾ ਕਿੱਧਰ ਨੂੰ ਰਹੀ ਆ ਅੱਜ ਮਾਰੂ ਨਸ਼ੇ ਕਰਕੇ ਚਿੱਟਾ ਸਮੈ ਕੇ ਪੀ ਕੇ ਸਾਡੇ ਮੁੰਡੇ ਨਮਰਦ ਹੋਈ ਜਾਂਦੇ ਨੇ ਪਰ ਧਰਤੀ ਨੇ 7-8 ਸਾਲ ਬਾਅਦ ਨੂੰ ਬੰਜਰ ਹੋ ਜਾਣਾ ਵਾ ਹਰੇਕ ਘਰ ਦੇ ਵਿੱਚ ਮਰੀਜ਼ ਆ ਲੱਖੇ ਸਧਾਣੇ ਦੇ ਇਹੀ ਦਰਦ ਸੀਗਾ ਵੀ ਜੇ ਅਸੀਂ 84 ਕੱਟ ਕੇ ਜੰਮੇ ਆ ਤਾਂ ਅਸੀਂ ਕੁਸ ਦਾ ਪੰਜਾਬ ਲਈ ਆਉਣ ਵਾਲੀਆਂ ਪੀੜ੍ਹੀਆਂ ਲਈ ਕਰਕੇ ਮਰੀਏ ਇਹਦੇ ਕਰਕੇ ਸਾਰਿਆਂ ਨੂੰ ਕਿਉਂਕਿ ਰਾਜਨੀਤਿਕ ਪਾਰਟੀਆਂ ਦੇ ਲੀਡਰਾਂ ਤੇ ਉਹਨਾਂ ਨੇ ਚਮਚਿਆਂ ਨੇ ਤਾਂ ਕਦੇ ਆਪਣੀ ਜ਼ਿੰਦਗੀ 'ਤੇ ਝਾਤ ਮਾਰੀ ਹੋਈ ਨਹੀਂ ਉਹ ਤਾਂ ਪੰਜਾਬ ਨੂੰ ਲੁੱਟਣ 'ਤੇ ਲੱਗੇ ਹੋਏ ਨੇ ਜਾਂ ਕੋਈ ਜਿਹਦੇ ਲੀਡਰਾਂ ਦੇ ਨਾਲ ਉਹ ਜੁੜੇ ਹੋਏ ਨੇ ਜਿਨ੍ਹਾਂ ਦੀ ਚਮਚਾਗਿਰੀ ਕਰਕੇ ਉਹ ਪੈਸਾ ਬਣਾ ਰਹੇ ਨੇ ਬਸ ਉਹਨਾਂ ਨੂੰ ਤਾਂ ਪੈਸੇ ਨਾਲ ਅਤੇ ਪੰਜਾਬ ਨੂੰ ਖਤਮ ਕਰਨ ਤੱਕ ਮਤਵਲ ਆ ਜਦਕਿ ਲੱਖੇ ਸਧਾਣੇ ਬਾਈ ਜੀ ਨੇ ਆਪਣੀ ਜ਼ਿੰਦਗੀ 'ਤੇ ਝਾਤ ਮਾਰੀ ਵੀ ਮੈਂ ਵੀ ਕੱਲ੍ਹ ਨੂੰ ਦਾਦਾ ਅਤੇ ਨਾਨਾ ਬਣਨਾ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਪੁੱਛਣਗੀਆਂ ਜਦੋਂ ਪੰਜਾਬ ਖਤਮ ਹੋ ਰਿਹਾ ਸੀ ਜਦੋਂ ਨੌਜਵਾਨੀ ਖਤਮ ਹੋ ਰਹੀ ਸੀ ਜੀ ਜਦੋਂ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਸੀ ਹਰ ਘਰ ਦੇ ਵਿੱਚ ਮਰੀਜ਼ ਸੀਗਾ ਤੁਸੀਂ ਦਾਦਾ ਜੀ ਤੁਸੀਂ ਨਾਨਾ ਜੀ ਕੀ ਕਰ ਰਹੇ ਸੀਗੇ ਇਹਦੇ ਕਰਕੇ ਭਰਾ ਜੀ ਜਿਹੜੇ ਲੱਖੇ ਸਧਾਣੇ ਬਾਈ ਜੀ ਨੂੰ ਬੋਲਦੇ ਨੇ ਜਿਹੜੇ ਲੱਖਾ ਸਧਾਣਾ ਬਾਈ ਜੀ ਪੰਜਾਬੀਓ ਪੰਜਾਬ ਦਾ ਉਹ ਯੋਧਾ ਵਾ ਅਸੀਂ ਕਿਤਾਬਾਂ ਦੇ ਵਿੱਚ ਪ੍ਰਾਤਨ ਸਿੱਖਾਂ ਤੇ ਪ੍ਰਾਤਨ ਯੋਧਿਆਂ ਬਾਰੇ ਪੜ੍ਹਦੇ ਹੁੰਦੇ ਸੀਗੇ ਤੇ ਅੱਜ ਮੈਨੂੰ ਉਹੀ ਦਿੱਖ ਲੱਖੇ ਸਧਾਣੇ ਦੇ ਵਿੱਚ ਦਿਖ ਰਹੀ ਆ ਦੀਪ ਸਿੱਧੂ ਆ ਜਿਹੜਾ ਉਹ ਆਪਣੀ ਲਗਜ਼ਰੀ ਜ਼ਿੰਦਗੀ ਛੱਡ ਕੇ ਅੱਜ ਪੰਜਾਬੀਆਂ ਲਈ ਨਿਕਲਿਆ ਹੋਇਆ ਵਾ ਇਹਦੇ ਕਰਕੇ ਜੋ ਵੀਰ ਇਹਨਾਂ ਦੇ ਵਿਰੁੱਧ ਬੋਲ ਰਹੇ ਨੇ ਜਿਹੜੇ ਕਿ ਕੁੱਤੇ ਬਿੱਲੇ ਬੋਲ ਰਹੇ ਨੇ ਲੱਖਾ ਬਾਈ ਜੀ
जो हाथी चलता ना कुत्ते बहुत भौंकते ने तुसी चलते जाओ यह साडे देश की ते तुसी पिछली राजनीति दे वल झात मार के देख लो जदों कोई बंदा अपने पंजाब लई अपने लोगों लई सोचता वा ते जिहड़े की राजनीतिक पार्टियां ने जिहड़े की 70 साल दे विच पंजाब नूं इक डुंड बना के रखता तां उह इक कट्ठे हो के उस बंदे नूं बदनाम करन लग जांदे ने। इह मैं भली भात जाणदा, 4 साल मैं भी पंजाब दे विच विचर के देखिया वा। सारिआं नूं वड्डा भाई पंजाबीओ गल पता की आ, जिहड़ी लखे सधाणे भाई जी दी टीम कम कर रही आ पंजाब नूं बचाउण लई, उहदे विच जिवें सुखविंदर पीपी हो गया, सुख जगराऊ हो गया, गुरप्रीत बाई जी हो गए, जगदीप रंधावा हो गया, ते परवाना जी हो गए, ते चौधरी किशन सिंह हो गए, लाडी चहल हो गए, जिहड़े ये बाई जी पंजाब नूं बचाउण लगे हुए ने ना, ते सारे राजनीतिक पार्टियां दे चलूणे इस करके लड़ रहे ने ते भी असी तां पंजाब नूं बिल्कुल लुट के खा गए। 2022 दे विच जिहड़ा पंजाब माड़ा मोटा बचिया वा, इन्हां नूं तां 2022 दे विच पंजाब नूं पूरा एक नौजवानी नूं खत्म करन दा, धरती नूं बंजर बनाउण दा एक बीड़ा चुक्किया होया वा। क्योंकि पंजाबी उह तुहानूं भी पता वा, जिस पंजाब दी धरती ने 7-8 साल बाद बंजर हो जाना होवे, जिहड़ी पंजाब अज मारू नशे करके नशियां दी ते मौत दी मंडी बनिया होवे, ते पंजाबी इस तों माड़ा टाइम कोई नहीं हो सकदा पंजाब लई। अज एक प्यो अपनी धी दे नाल बलात्कार कर रहा, एक भाई अपने भैण दे नाल बलात्कार कर रहा वा, जदकि जे आपां अपने झाती मारीए ना पंजाब ते साडे योधे दूसरियां दीआं अपणियां जानां दे के दूजियां दीआं जानां बचाउंदे रहे ने। ते बाई जी लखा सधाणा पंजाब दा ओ योद्धा वा, जदों बाई जी दीआं वीडियो देखदीआं ने तां मन तां खुश हुंदा ही हुंदा वा। मेरी बेटी उहनां दीआं वीडियो बहुत देखदी आ, मेरा बेटा देखदा, मेरी घरवाली देखदी आ उहदीआं वीडियो, क्योंकि लखा सधाणा ओ शख्स आ पंजाब दा जिहड़ा कि श्री गुरु ग्रंथ साहिब दी परिभाषा ते कम कर रिहा वा, ना किसे नूं छोटा समझदा वा, ना किसे नूं वड्डा समझदा वा, सिर्फ एक पंजाब दा दर्दी बन के ओह कम कर रिहा वा। चाहे बाई जी पंजाब की धरती से रहने वाली जो मर्जी जात आ, जिहड़ी कि जिहदे विच अणख ते गैरत जिउंदा वा, वह बाई जी हरेक दे मन दे विच लखे सधाणे लई प्यार ते सत्कार आ। क्योंकि देखो पंजाबीओ कहिंदे नहीं हुंदे भी मैं जद्दी होश संभाली आ, मैं यही सुनदा आ भी मैं 84 कट के जम्मिया, 84 कट के जम्मिया। जे 84 कट के बाई जी जम्मे आ तां अपनी फर्ज यही आ भी बच्चे पैदा कर ले, खा लिया पी लिया ते मड़ियां च मच गए। लखे सधाणे बाई जी ने भी अपनी जिंदगी ते झात मारी आ, ते अज ओह बचाउण लई क्यों तुरिया होया वा। जिहड़े गैंगस्टर उहनूं कहिंदे ने बाई जी तुसीं देखो अज संसद दे विच विधान सभा दे विच 307 वाले बैठे ने, बलात्कार दे जिन्हां दे केस दर्ज ने ओह बैठे ने, करोड़ां अरबां रुपया अपनियां 7 पोस्टां लई पैसा इकट्ठा करके ओह बैठे ने, जद कि इह साडा बाई अज पंजाब लई काम कर रिहा। तां कोई उहनूं गैंगस्टर कह रिहा वा, कोई उहनूं की कह रिहा वा। जिहड़े हुण किसान जथेबंदियां दे कई लीडर ने जिहड़े कि लखे सधाणे के विरुद्ध बोल रहे ने, पंजाबीओ तुसीं भी इह भली भात जाणदे हो भी आपां 5-7 किसान लीडरां नूं जाणदे हुंदे सी इहतों पहलां, जिहड़े हुण किसानां दा संघर्ष चल रिहा वा, जिहड़ा किसानां दा संघर्ष चल रिहा वा। ते तुसीं देखो भी हरेक कोई चैनल वाला, हरेक कोई वैब टीवी वाला, हरेक उहनां कोल आ के किसान लीडरां कोल मैं कर दिंदा वा। इहदे करके बाई जी फुकरापण तां आ ही जांदा वा, माड़ी तां मैं ही आ ही जांदी आ। जिहड़े साडे कामरेडां नूं किसान लीडरां नूं कोई पिंड दे विच ब्लाक दे विच नीच जाणदा, अज टीवी दे विच आ के उहनां दे विच फुकरापण तां आउणा ही आउणा वा। पर जो लखा सधाणा साडा भरा वा, ਉਹ ਹਰ ਦਿਲ ਦੇ ਵਿੱਚ ਵਸਿਆ ਹੋਇਆ ਵਾ। ਉਹਦਾ ਮਕਸਦ ਇੱਕ ਇਹੀ ਆ ਵੀ ਜਿਹੜਾ ਸਾਡਾ ਪੰਜਾਬ ਦੀ ਨੌਜਵਾਨੀ ਤੇ ਜਿਹੜਾ ਸਾਡੇ ਪੰਜਾਬ ਸੀਗਾ, ਸਾਡਾ ਇੱਕ ਸੁੱਕ ਗਿੱਲਾ ਬਾਲਣ ਸੀਗਾ, ਸਾਡਾ ਬਾਈ ਉਹ ਗਿੱਲੇ ਬਾਲਣ ਨੂੰ ਸੁਕਾਉਣ ਲੱਗਿਆ ਹੋਇਆ ਸੀਗਾ, ਕਿਉਂਕਿ ਸੁੱਕਾ ਬਾਲਣ ਹੀ ਇੱਕ ਭਾਂਬੜ ਬਣਦਾ ਵਾ। ਤੇ ਬਾਈ ਜੀ ਦੀ ਇਹੀ ਸੋਚ ਸੀਗੀ ਵੀ ਇਹ ਸੁੱਕਾ ਬਾਲਣ ਭਾਂਬੜ ਬਣ ਕੇ ਭ੍ਰਿਸ਼ਟਾਚਾਰ ਨੂੰ ਖਤਮ ਕਰ ਦੇਵੇ, ਇਹ ਭਾਂਬੜ ਬਣ ਕੇ ਸਾਡੇ ਗੁੰਡਾਗਰਦੀ ਨੂੰ ਖਤਮ ਕਰ ਦੇਵੇ, ਇਹ ਭਾਂਬੜ ਬਣ ਕੇ ਆਪਣੇ ਪੰਜਾਬ ਦੇ ਹੱਕਾਂ ਨੂੰ ਜਾਣਨ ਲੱਗ ਜਾਣ, ਇਹ ਭਾਂਬੜ ਬਣ ਕੇ ਜਿਵੇਂ ਸਾਡੇ ਗੁਰੂਆਂ ਨੇ ਸਾਡੇ ਲਈ ਸਰਬੰਸ ਵਾਰਤਾ ਸੀਗਾ ਉਹਦੇ ਉਹਨਾਂ ਦੇ ਸੋਚ ਤੇ ਚੱਲਣ ਤੇ ਆਪਣੇ ਪੰਜਾਬ ਲਈ ਦਰਦ ਰੱਖਣ ਤੇ ਆਪਣੇ ਪੰਜਾਬ ਲਈ ਕੁਛ ਕਰਨ। ਤੇ ਲੱਖਾ ਸਧਾਣਾ ਜਦੋਂ ਆਪਣੇ ਇਸ ਮੁੱਦੇ ਆਪਣੀ ਸੋਚ ਤੇ ਸੋਚ ਉਹਨਾਂ ਦੀ ਲੋਕਾਂ ਤੇ ਹਾਵੀ ਹੋ ਰਹੀ ਆ, ਨੌਜਵਾਨੀ ਜਾਗ ਰਹੀ ਆ, ਤਾਂ ਇਹਨਾਂ ਜਿਹੜੇ ਰਾਜਨੀਤਿਕ ਪਾਰਟੀਆਂ ਵਾਲੇ ਨੇ ਤੇ ਕੁਝ ਕਿਸਾਨ ਜਥੇਬੰਦੀਆਂ ਦੇ ਲੀਡਰ ਨੇ ਜਿਹੜਾ ਜਿਨ੍ਹਾਂ ਨੂੰ ਕਿ ਪਿੰਡ ਦੇ ਵਿੱਚ ਨਹੀਂ ਜਾਣਦਾ, ਤਾਂ ਉਹਨਾਂ ਦੇ ਤਾਂ ਚਲੂਣੇ ਲੜਨੇ ਹੀ ਲੜਨੇ ਨੇ। ਪਰ ਮੈਂ ਡਾਕਟਰ ਰਣਜੀਤ ਉਸ ਅਕਾਲ ਪੁਰਖ ਪਰਮਾਤਮਾ ਨੂੰ ਦਾ ਸ਼ੁਕਰਾਨਾ ਕਰਦਾ ਵਾਂ ਵੀ ਇਹ ਯੋਧਾ ਜਿਹਨੂੰ ਅਸੀਂ ਵੀ
सुन के असी वीडियो देख के अखबारां च लिखण लग गए, प्रेस कानफ्रेंसा कर लग गए, रैलियां कर लग गए, पानी जवानी ते किसानी नूं बचाउण दीआं। पता नहीं किन्ने क असी तां बोलण लग गए, पता नहीं किन्ने क नौजवान ने जिहड़ी उहनां दी जिन्हां दी उहनां दी सोच उह नौजवानां दे विच अग बण के फुट रही आ, वी पता नहीं कदों इह भांबड़ बण जाण। इहदे करके लखा बाई जी, जगदीप बाई जी, सानू ਤੁਹਾਡੇ ਜਗਦੀਪ ਬਾਈ ਜੀ, ਜਿੰਨੇ ਵੀ ਤੁਹਾਡੀ ਸਮਾਜ ਸੇਵੀ ਦੇ ਟੀਮ ਆ, ਭਾਨਾ ਸਿੱਧੂ ਬਹੁਤ ਪਿੱਟਦਾ ਵਾ ਪੰਜਾਬੀਆਂ ਨੂੰ ਜਗਾਉਣ ਵਾਸਤੇ, ਬਹੁਤ ਪਿੱਟਦਾ ਵਾ ਨੌਜਵਾਨੀ ਨੂੰ ਬਚਾਉਣ ਵਾਸਤੇ, ਤਾਂ ਖਸਖਸ ਦੀ ਖੇਤੀ ਦੇ ਮੁੱਦੇ ਦੀ ਵੀ ਬਹੁਤ ਬੋਲਦਾ ਵਾ। ਇਹਦੇ ਕਰਕੇ ਪੰਜਾਬੀਓ, ਇੱਕ ਮੌਕਾ ਮਿਲਿਆ ਆਪਾਂ ਨੂੰ, ਇੱਕ ਮੌਕਾ ਜੇ ਆਪਾਂ ਹੁਣ ਮੌਕਾ ਗਵਾ ਲਿਆ ਨਾ, ਤਾਂ ਨਰਾਇਣੂ ਤੇ ਡੋਗਰੇ ਖਵਾਵਾਂਗੇ, ਆਉਣ ਵਾਲੀਆਂ ਪੀੜ੍ਹੀਆਂ ਆਪਾਂ ਨੂੰ 10-10 ਕਿਲੋ ਦੀਆਂ ਗਾਲਾਂ ਕੱਢਣਗੀਆਂ, ਕਿਉਂਕਿ ਤੁਸੀਂ ਦੇਖੋ 75% ਪੰਜਾਬ ਇਸ ਟਾਈਮ ਖਤਮ ਆ। 7-8 ਸਾਲ ਨੂੰ ਇਸ ਧਰਤੀ ਨੇ ਬਾਜ ਹੋ ਜਾਣਾ ਵਾ, ਨੌਜਵਾਨਾਂ ਤੋਂ ਬੱਚੇ ਪੈਦਾ ਨਹੀਂ ਹੋ ਰਹੇ ਹੈਗੇ। ਬੇਬੀ ਟਿਊਬ ਸੈਂਟਰ ਕੋਨੇ ਕੋਨੇ ਦੇ ਵਿੱਚ ਖੁੱਲ੍ਹ ਗਏ, ਹਰ ਘਰ ਦੇ ਵਿੱਚ ਮਰੀਜ਼ ਆ। ਜਦ ਕਿਸੇ ਦੁਸ਼ਮਣ ਨੂੰ ਮਾਰਨਾ ਹੁੰਦਾ ਸੀ, ਪੁਰਾਣੇ ਰਾਜੇ ਕੀ ਕਰਦੇ ਹੁੰਦੇ ਸੀਗੇ, ਤਾਂ ਉਹਨੂੰ ਥੋੜ੍ਹੀ ਥੋੜ੍ਹੀ ਜ਼ਹਿਰ ਦੇਣ ਲੱਗ ਗਏ ਸੀ। ਇਹ ਸਰਕਾਰਾਂ ਨੇ ਕੀ ਕੀਤਾ, ਚਾਹੇ ਤੁਸੀਂ ਸਵੇਰ ਦੀ ਰੋਟੀ ਖਾ ਲਓ, ਕੋਈ ਦੁਪਹਿਰ ਦੀ ਰੋਟੀ ਖਾ ਲਓ, ਅਨਾਜ ਖਾ ਲਓ, ਫਲ ਫਰੂਟ ਖਾ ਲਓ, ਹਰੇਕ ਦੇ ਵਿੱਚ ਤਾਂ ਆਪਾਂ ਜ਼ਹਿਰ ਕਰਦੇ ਹਾਂ। ਅੱਜ ਦੇ ਜ਼ਮਾਨੇ ਦੇ ਵਿੱਚ ਮਾਂ ਦੇ ਪੇਟ ਦੇ ਵਿੱਚ ਬੱਚਾ ਜ਼ਹਿਰ ਲੈਣ ਲੱਗ ਜਾਂਦਾ। 70% ਲੀਵਰ ਦੇ, 75% ਲੀਵਰ ਦੇ ਕੇਸ ਨੇ। ਤੀਜੀ ਜਨਾਨੀ ਦੀ ਬੱਚੇਦਾਨੀ ਨਿਕਲੀ ਹੋਈ ਆ, ਸਰਵਾਈਕਲ ਥਾਇਰਾਇਡ, ਕਾਲਾ ਪੀਲੀ ਆ, ਕੈਂਸਰ, ਸ਼ੂਗਰ, ਹਰ ਘਰ ਦਾ ਸ਼ਿੰਗਾਰ ਬਣੀ ਹੋਈ ਆ, ਅਤੇ ਕਿਹੜਾ ਮਰੀਜ਼ ਨਹੀਂ ਹੈਗਾ ਪੰਜਾਬ ਦੇ ਵਿੱਚ। ਇਹ ਸਿਰਫ ਸਰਕਾਰਾਂ ਦੀ ਦੇਣ ਆ। ਜੇ ਸਰਕਾਰਾਂ ਸਾਨੂੰ ਨੌਕਰੀਆਂ ਨਹੀਂ ਦੇ ਸਕਦੀਆਂ, ਭ੍ਰਿਸ਼ਟਾਚਾਰ ਵਿਰੁੱਧ ਪ੍ਰਸ਼ਾਸਨ ਨਹੀਂ ਦੇ ਸਕਦੀਆਂ, ਤਾਂ ਸਾਨੂੰ ਸ਼ੁੱਧ ਖਾਣਾ ਤਾਂ ਦੇ ਸਕਦੀਆਂ ਨੇ। ਅੱਜ ਕੱਲ੍ਹ 60% ਉਹ ਲੋਕ ਨੇ ਜਿਨ੍ਹਾਂ ਨੂੰ ਕੋਈ ਟਟੇ ਨਹੀਂ ਆਉਂਦੀ ਹੈਗੀ। ਇਹਦੇ ਕਰਕੇ ਪੰਜਾਬੀਓ, ਲੱਖੇ ਸਿਧਾਣੇ ਅਤੇ ਉਸ ਅਕਾਲ ਪੁਰਖ ਪਰਮਾਤਮਾ ਦੀ ਕਿਰਪਾ, ਤਾਂ ਸੱਚ ਕਹਿਣ ਦਾ ਧਾਰਨੀ ਆ ਜਿਹੜੀ ਉਹਨਾਂ ਦੀ ਟੀਮ ਆ। ਜਗਦੀਪ ਬਾਈ ਜੀ ਹੋ ਗਿਆ, ਸੁਖਵਿੰਦਰ ਪੀਪੀ ਹੋ ਗਿਆ, ਜਿਹੜਾ ਸਾਡਾ ਬਾਈ ਭਾਨਾ ਸਿੱਧੂ ਹੋ ਗਿਆ, ਮੈਂ ਕਿਹਦੇ ਨਾਂ ਲਵਾਂ ਯਾਰ, ਜਿਹੜੇ ਕਿ ਹੁਣ ਵਾਈਬ ਟੀਵੀਆਂ ਦੇ ਵਿੱਚ ਜਿਹੜੇ ਚੈਨਲ ਚਲਾਉਂਦੇ ਨੇ ਫੇਸਬੁੱਕ 'ਤੇ। ਬਾਈ ਜੀ, ਪੱਤਰਕਾਰੀ ਦੇ ਵਿੱਚ ਉਹਨਾਂ ਨੇ ਐਤਕੀ ਮੀਲ ਪੱਥਰ ਸਾਬਤ ਕੀਤੇ ਨੇ, ਅਤੇ ਉਹ ਸੱਚ ਤਾਂ ਦਿਖਾਉਂਦੇ ਹੀ ਦਿਖਾਉਂਦੇ ਨੇ ਫੇਸਬੁੱਕ ਦੇ ਚੈਨਲ, ਉਹ ਨਾਲ ਦੀ ਨਾਲ ਪੰਜਾਬ ਦੇ ਦਰਦੀ ਵੀ ਨੇ, ਪੰਜਾਬ ਦੀ ਧਰਤੀ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਦਰਦ ਵੀ ਰੱਖਦੇ ਨੇ, ਅਤੇ ਇਹ ਵੀ ਸੋਚਦੇ ਨੇ ਵੀ ਸਾਡਾ ਪੰਜਾਬ ਕਿੱਧਰ ਨੂੰ ਜਾ ਰਿਹਾ ਵਾ। ਹੁਣ ਇਹਨਾਂ ਦੀ ਇੱਕ ਟੀਮ ਬਣ ਰਹੀ ਆ, ਅਤੇ 2022 ਦੇ ਵਿੱਚ ਜੋ ਐਤਕੀ ਇਲੈਕਸ਼ਨ ਹੋ ਰਹੇ ਨੇ, ਚਾਹੇ ਲੱਖਾ ਬਾਈ ਜੀ ਨੇ ਇਹ ਵਿਸ਼ੇ 'ਤੇ ਸੋਚਿਆ ਚਾਹੇ ਨਹੀਂ ਸੋਚਿਆ, ਪਰ ਪੰਜਾਬ ਨੂੰ ਲੁੱਟਣ ਵਾਲੇ ਦੇ ਪਹਿਲਾਂ ਹੀ ਉਹਨਾਂ ਦੇ ਚਰੂਣੇ ਲਾਣ ਲੱਗ ਗਏ ਵੀ ਕਿਤੇ ਇਹ ਕੋਈ ਧਮਾਕਾ ਨਾ ਕਰ ਦੇਣ ਪੰਜਾਬ ਦੇ ਵਿੱਚ, ਕਿਉਂਕਿ ਪੰਜਾਬ ਦੇ ਲੋਕ ਤਾਂ ਹੁਣ ਜਾਗ ਹੀ ਚੁੱਕੇ ਨੇ। ਇਹਦੇ ਕਰਕੇ ਪੰਜਾਬੀਓ, ਉਸ ਅਕਾਲ ਪੁਰਖ ਪਰਮਾਤਮਾ ਦੇ, ਆਪਣੇ ਗੁਰੂਆਂ ਦੇ ਸੰਘਰਸ਼ਾਂ ਨੂੰ ਦੇਖੋ ਵੀ ਉਹਨਾਂ ਨੇ ਆਪਣੇ ਲਈ ਕੀ ਕੁਝ ਨਹੀਂ ਕੀਤਾ ਹੈਗਾ। ਅੱਜ ਆਪਣੇ ਹਰ ਘਰ ਦੇ ਵਿੱਚ ਮਰੀਜ਼ ਆ, ਹਰੇਕ ਕੋਈ ਮਰੀਜ਼ ਦਵਾਈ ਖਾਂਦਾ ਵਾ, ਨੌਕਰੀਆਂ ਹੈ ਨਹੀਂ, ਮੁੰਡੇ ਮਾਰੂ ਨਸ਼ੇ ਕਰਕੇ ਮਰੀ ਜਾਂਦੇ ਨੇ, ਕੁਦਰਤੀ ਨਸ਼ੇ ਇੱਥੇ ਪੰਜਾਬ ਗੌਰਮੈਂਟ ਨੇ, ਇੱਥੇ ਜਿਹੜੀਆਂ ਵੀ ਸਰਕਾਰਾਂ ਨੇ ਇੱਥੇ ਰਾਜ ਕੀਤਾ ਉਹਨਾਂ ਨੇ ਕੁਦਰਤੀ ਨਸ਼ੇ ਬੰਦ ਕਰਤੇ, ਚਿੱਟਾ ਸਮੈਕ, ਗੋਲੀਆਂ, ਸ਼ੀਸ਼ੀਆਂ, 2 ਨੰਬਰ ਦੀ ਦਾਰੂ, ਜੋ ਮਰਜ਼ੀ ਲੈ ਲਓ, ਜਿਹੜੇ ਕਿ ਬੰਦੇ ਦੇ ਲੀਵਰ ਗੁਰਦੇ ਖਰਾਬ ਕਰਦੀਆਂ ਨੇ। ਇਹਦੇ ਕਰਕੇ ਪੰਜਾਬੀਓ, ਰੱਬ ਦਾ ਵਾਸਤਾ ਵਾ, 84 ਕੱਟ ਕੇ ਜੰਮੇ ਆ, ਜਿਹੜਾ ਤੁਹਾਡਾ ਦਿਲ ਆ ਨਾ, ਦਿਲ ਅਤੇ ਦਿਮਾਗ, ਇਹਦੀ ਇੱਕ ਵਾਰ ਜ਼ਰੂਰ ਵਰਤੋਂ ਕਰੋ। ਜਿਵੇਂ ਤੁਹਾਨੂੰ ਯਾਦ ਹੋਣਾ ਵਾ, ਆਮ ਆਦਮੀ ਪਾਰਟੀ ਦੀ ਇੱਕ ਲਹਿਰ ਚੱਲੀ ਸੀ ਪੰਜਾਬ ਦੇ ਵਿੱਚ, ਅਤੇ ਉਹਨੂੰ ਲਹਿਰ ਨੂੰ ਆਮ ਆਦਮੀ ਪਾਰਟੀ ਵਾਲੇ ਝੱਲ ਨਹੀਂ ਸਕੇ ਹੈਗੇ, ਉਹਨੂੰ ਸੰਭਾਲ ਨਹੀਂ ਸਕੇ ਹੈਗੇ। ਇਹੀ ਲਹਿਰ ਹੁਣ ਜਿਹੜੀ ਲੱਖੇ ਸਿਧਾਣੇ ਦੀ ਟੀਮ ਆ ਅਤੇ ਸਾਡੇ ਜਿਹੜੇ ਪੰਜਾਬ ਦੇ ਦਰਦੀ ਨੇ ਉਹਨਾਂ ਦੀ ਇੱਕ ਟੀਮ ਬਣੀ ਹੋਈ ਆ, ਇਹੀ ਲਹਿਰ ਉਹਨਾਂ ਦੇ ਪੱਖ ਦੇ ਵਿੱਚ ਚੱਲ ਰਹੀ ਆ। ਇਹੀ ਦੁੱਖ ਰਾਜਨੀਤਿਕ ਪਾਰਟੀਆਂ ਦੇ ਉਹਨਾਂ ਆਗੂਆਂ ਅਤੇ ਉਹਨਾਂ ਦੇ ਚਮਚਿਆਂ ਨੂੰ ਆ ਵੀ ਜੇ ਕਿਤੇ ਇਹ ਆ ਗਏ ਤਾਂ ਇਹਨਾਂ ਨੇ ਜੋ ਪੰਜਾਬ ਸੀਗਾ ਇਹਨਾਂ ਨੇ ਪੰਜਾਬ ਨੂੰ ਬਚਾ ਲੈਣਾ ਵਾ, ਜਿਨ੍ਹਾਂ ਨੇ ਕਿ ਪੰਜਾਬ ਲੁੱਟਿਆ ਵਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸਿੱਟ ਦੇਣਾ ਵਾ, ਅਤੇ ਇੱਕ ਜਿਹੜੇ ਪੰਜਾਬ ਦੇ ਵਿੱਚ ਜਿਨ੍ਹਾਂ ਨੇ ਪੰਜਾਬ ਨੂੰ ਨਸ਼ੇ ਅਤੇ ਮੌਤ ਦੀ ਮੰਡੀ ਬਣਾਇਆ ਵਾ ਉਹਨਾਂ ਨੂੰ ਉਹਨਾਂ ਦੀਆਂ ਸਜ਼ਾਵਾਂ ਜ਼ਰੂਰ ਦਿਵਾਉਣਗੇ। ਇਹਦੇ ਕਰਕੇ ਉਹਨਾਂ ਦੇ ਇਹੀ ਚਲੂਣੇ ਲੜ ਰਹੇ ਨੇ ਜੋ ਪਾਰਟੀਆਂ ਵਾਲੇ ਨੇ, ਪਾਰਟੀਆਂ ਵਾਲੇ ਨੇ ਜਾਂ ਜਿਨ੍ਹਾਂ ਨਾਲ ਕਿਸਾਨ ਲੀਡਰ ਜਿਹੜੇ ਉਹਨਾਂ ਦੇ ਵਿਰੁੱਧ ਬੋਲ ਰਹੇ ਨੇ, ਅਤੇ ਉਹੀ ਉਹ ਪਾਰਟੀਆਂ ਦੇ ਉਹ ਉਮੀਦਵਾਰ ਰਹੇ ਨੇ। ਇਹਦੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ, ਮੇਰੀ ਤਾਂ ਇੱਕ ਹੀ ਤੈਨੂੰ ਬੇਨਤੀ ਆ ਵੀ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਬਾਈ ਅਤੇ ਜਿਹੜੇ ਇਹਨਾਂ ਦੀ ਟੀਮ ਆ, ਸੁਖਵਿੰਦਰ ਪੀਪੀ ਹੋ ਗਿਆ, ਭਾਨਾ ਸਿੱਧੂ ਹੋ ਗਿਆ, ਜਗਦੀਪ ਰੰਧਾਵਾ ਹੋ ਗਿਆ, ਸੁੱਖ ਜਗਰਾਓ ਹੋ ਗਿਆ, ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੀ, ਅਤੇ ਪੰਜਾਬੀਓ, ਜੇਕਰ ਆਪਾਂ ਹੁਣ
मौका गवाता ना, हुण मौका गवाता तां डोगरे ते नरैणू कहावांगे ते आउण वालियां पीढ़ियां आपां नूं 10-10 किलो दियां गालां कढ़णगियां। ते तुसीं देखो पंजाब दे अज हालात की ने, हस्पतालां दे विच जाके देखो नौजवानी किवें फिर रही आ, उहनां कनी देखो। ते इह चीज़ां नूं देख के दिल दुखदा भरा जी, असीं वी कल नूं दादे ते नाने बनना वा, असीं वी प्यो हाँ, ते सानू भी डर रहिंदा वा वी साडे बच्चे किते किसे ਇਹ ਭ੍ਰਿਸ਼ਟ ਲੀਡਰਾਂ ਦੇ ਜਿਹੜੇ ਪਾਲੇ ਹੋਏ ਬੰਦੇ ਨੇ ਉਹਨਾਂ ਦੇ ਹੱਥੇ ਨਾਲ ਚੜ ਜਾਣ। ਇਹਦੇ ਕਰਕੇ ਆਓ ਆਪਾਂ ਲੱਖਾ ਬਾਈ ਜੀ ਦੇ ਦੀਪ ਸਿੱਧੂ ਤੇ ਜਿਹੜੇ ਆ ਸਾਡੇ ਫੇਸਬੁੱਕ ਦੇ ਚਰਚਿਤ ਚਿਹਰੇ ਨੇ, ਜਿਨ੍ਹਾਂ ਨੂੰ ਕਿ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਤੋਂ ਬਹੁਤ ਉਮੀਦਾਂ ਨੇ, ਇਹਨਾਂ ਨਾਲ ਬਾਈਆਂ ਜੀ ਉਹਨਾਂ ਦਾ ਸਾਥ ਦਈਏ। ਤੇ ਜਿਵੇਂ ਸਾਡਾ ਪੰਜਾਬ ਬਸਦਾ ਗੁਰਾਂ ਦੇ ਨਾਂ ਹੁੰਦਾ ਸੀ, ਉਹ ਤਾਂ ਹੀ ਹੋ ਸਕਦਾ ਵਾ ਜੇ ਸਾਡੇ ਬਾਈ ਜੀ ਉਹਨਾਂ ਨੂੰ ਅਸੀਂ ਪਲਖਾਂ ਤੇ ਬਿਠਾਵਾਂਗੇ ਤੇ ਇਹਨਾਂ ਦਾ ਸਾਥ ਦੇਵਾਂਗੇ ਤੇ ਇਹਨਾਂ ਦੀ ਅਗਵਾਈ ਦੇ ਵਿੱਚ ਚੱਲਾਂਗੇ। मैं यही कहना चाहना वा, ते जो गलती होगी तो माफी चाहना वा।